ਸਾਧੂਆਂ ਨੂੰ ਭੋਜਨ ਕਰਵਾ ਰਿਹਾ।
ਕੀ ਇਹ ਮਜਾਲ ਸਾਡੀ ਹੁਕਮ ਹਦੂਲੀ ਦਾ ਮਤਲਬ ਹੈ ਮੌਤ ਜਾਓ ਲਾਲੂ ਤੇ ਦੋਹਾਂ ਸਾਧੂਆਂ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਏ ਹੁਕਮ ਦੀ ਫੌਰਨ ਤਾਮੀਰ ਕੀਤੀ ਜਾਏ ਗੁਰੂ ਸਾਹਿਬ ਦੇ ਮਰਦਾਨਾ ਜੀ ਜਦੋਂ ਭਾਈ ਲਾਲੂ ਜੀ ਸਮੇਤ ਮਲਕ ਭਾਗੋ ਕੋਲ ਗਏ ਤਾਂ ਮਲਕ ਭਾਗੋ ਗੁੱਸੇ ਨਾਲ ਲਾਲ ਪੀਲਾ ਹੋਇਆ ਪਿਆ ਸੀ ਭਗਵਾਨ ਛੱਡ ਕੇ ਲਾਲੂ ਦੀ ਗੋਧਰੇ ਦੀ ਰੋਟੀ ਕਿਉਂ ਖਾ ਰਹੇ ਗੁਰੂ ਸਾਹਿਬ ਮੁਸਕਰਾਏ ਚਿੱਤ ਹੋ ਕੇ ਬਹਿ ਗਏ ਦੂਜੇ ਹੱਥ ਵਿੱਚ ਭਾਈ ਲਾਲੋ ਜੀ ਦੀ ਰੋਟੀ ਫੜ ਕੇ ਮੁਖੀਆਂ ਨੂੰ ਘੁੱਟਿਆ ਮਲਕ ਭਾਗੋ ਦੀ ਰੋਟੀ ਵਿੱਚੋਂ ਅਤੇ ਲਾਲੋ ਜੀ ਦੀ ਰੋਟੀ ਵਿੱਚੋਂ ਦੁੱਧ ਚੋਣ ਲੱਗਿਆ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਸੂਰਜ ਨੂੰ ਪਾਣੀ ਦੇ ਕੇ ਨਮਸਕਾਰ ਕਰ ਰਹੇ ਸਨ ਗੁਰੂ ਸਾਹਿਬ ਨੇ ਮੂੰਹ ਤੋਂ ਅੱਗੇ ਪੂਰਬ ਦੀ ਬਜਾਏ ਪੱਛਮ ਵੱਲ ਨੂੰ ਯਾਨੀ ਆਪਣੇ ਪਿੰਡ ਰਾਏ ਭੋਏ ਦੀ ਤਲਵੰਡੀ ਵੱਲ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਲੋਕ ਹੈਰਾਨ ਹੋ ਕੇ ਗੱਲਾਂ ਕਰ ਲੱਗਿਆ ਦੇਖੋ ਉਹ ਫਕੀਰ ਪੱਛਮ ਵੱਲ ਪਾਣੀ ਦੇ ਰਹੇ ਨੇ ਹੋਰ ਅਪਮਾਨ ਕਰ ਰਹੇ ਨੇ ਸੂਰਜ ਦੇਵਤੇ ਦਾ ਪਾਣੀ ਬੁਲਾ ਰਹੇ ਹਾਂ ਜਨਮਾ ਜਨਮਾਂ ਤੋਂ ਪਿਆਸੇ ਲੱਗਦੇ ਹਨ ਇਹ ਕੋਈ ਤੁਸੀਂ ਵੀ ਕਰ ਲਓ ਉਹਨਾਂ ਦਾ ਤਾਂ ਜਵਾਬ ਹੀ ਦੇ ਸਕਦਾ ਸੀ ਕਹਿੰਦੇ ਮੇਰੇ ਤਾਂ ਪਿੰਡ ਦੀ ਫਸਲ ਚੁੱਕ ਰਹੀ ਹੈ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਇੱਥੋਂ ਪਾਇਆ ਪਾਣੀ ਤੁਹਾਡੇ ਖੇਤਾਂ ਤੱਕ ਕਿਵੇਂ ਜਾਏਗਾ ਮਹਾਂਪੁਰਸ਼ ਦੇ ਦਰਸ਼ਨ ਕਰੀਏ ਜਿਨ੍ਹਾਂ ਨੇ ਸਾਨੂੰ ਸਚਦਾ ਤੁਸੀਂ ਕਿਸਦੇ ਚੇਲੇ ਹੋ ਸ਼ਬਦ ਵਿਚਾਰਿਆ ਕਿ ਮੇਰੇ ਹੋਏ ਤਾਂ ਪਰ ਤੁਰੰਤ
ਤੋਂ ਭੇਟ ਲੈ ਕੇ ਜੋਗੀ ਬਣ ਜਾ। ਤਾਂ ਗੁਰੂ ਜੀ ਨੇ ਕਿਹਾ, एक दृष्ट कारण संसार जान है, एक दृष्ट कारण संसार जान है, जो भी कही है सोई, जो भी कही है सोई, गले एक दृष्ट कारण संसार जान। गुरु साहेब जगन्नाथ पुरी पूजे तां उत्थे पुजारियां नूं भगवान जी दी आरती करदा देखिया। पुजारियां ने गुरु साहेब नूं वी आरती करन लई कहा। ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਤਾਂ ਭਗਵਾਨ ਜੀ ਦੀ ਮੂਰਤੀ ਸਾਹਮਣੇ ਦੀਵੇ ਜਗਾ ਕੇ ਫੁੱਲਾਂ ਦੀ ਵਰਖਾ ਕਰਦਿਆਂ ਆਰਤੀ ਕਰ ਰਹੇ ਹੋ, ਪਰ ਮੈਨੂੰ ਤਾਂ ਸਾਰੀ ਸ੍ਰਿਸ਼ਟੀ ਹੀ ਆਰਤੀ ਕਰਦੀ ਨਜ਼ਰ ਆ ਰਹੀ ਹੈ। ਤਦ ਗੁਰੂ ਜੀ ਨੇ ਆਰਤੀ ਦਾ ਉਚਾਰਨ ਕੀਤਾ। ਯਾਤਰਾ ਦੌਰਾਨ
ਗੁਰੂ ਸਾਹਿਬ ਨੂੰ ਇੱਕ ਹਾਜੀ ਮਿਲੇ। ਗੁਰੂ ਸਾਹਿਬ ਉਹਨਾਂ ਨਾਲ ਹਜ ਵਾਲੇ ਸਥਾਨ ਨੂੰ ਚੱਲ ਪਏ। ਰਿਸ਼ੀ ਦੀ ਨਮਾਜ਼ ਵੇਲੇ ਕਾਜ਼ੀ ਰੁਕਨ ਦੀ ਜਦ ਨਮਾਜ਼ ਅਦਾ ਕਰਨਾ ਹੈ ਤਾਂ ਗੁਰੂ ਸਾਹਿਬ ਵੱਲ ਵੇਖ ਕੇ ਹੱਥ ਗੁੱਲਾ ਹੋ ਗਏ। ਹਾਜੀ ਕੌਤਕ ਦੇਖ ਕੇ ਹੈਰਾਨ ਰਹਿ ਗਏ। ਉਹ ਦੇਖੋ ਉਹ ਫਕੀਰ ਕਾਬੇ ਵੱਲ ਪੈਰ ਕਰਕੇ ਸੁੱਤੇ ਪਏ ਨੇ। ਤਾਹੀ ਤਾਂ ਕਾਜ਼ੀ ਰੁਕਨ ਦੀ ਗੁੱਸੇ ਵਿੱਚ ਬੋਲ ਰਹੇ ਨੇ, ਇਹ ਬੰਦੇ ਖੁਦਾ ਕੇ ਆਪਣੇ ਪੈਰ ਖੁਦਾ ਦੇ ਘਰ ਵੱਲ ਕਿਉਂ ਕੀਤੇ ਨੇ। ਫੇਰ ਫਕੀਰ ਜੀ ਕੀ ਬੋਲੇ? ਜਿਸ ਪਾਸੇ ਖੁਦਾ ਤੇ ਕਾਬਾ ਨਹੀਂ, ਮੇਰੇ ਪੈਰ ਘਸੀਟ ਕੇ ਉੱਧਰ ਹੀ ਕਰ ਦੋ। ਉਹ ਦੇਖ, ਉਹ ਦੇਖ ਕਾਜ਼ੀ ਸਾਹਿਬ ਕਿਵੇਂ ਬਾਬਾ ਜੀ ਦੇ ਪੈਰ ਧੂ ਕੇ ਦੂਜੇ ਪਾਸੇ ਕਰ ਰਹੇ ਨੇ। ਓਏ ਉਹ ਦੇਖ ਦੇਖ, ਦੂਜੇ ਪਾਸੇ ਵੀ ਤਾਂ ਦੇਖ, ਜਿੱਦਾਂ ਰੁਕਨ ਦੀ ਪੈਰ ਕਰਦੇ ਕਾਬਾ ਵੀ ਉੱਧਰ ਹੀ ਘੁੰਮ ਜਾਂਦਾ ਹੈ। ਆਹੋ ਤਾਈਓ ਕਾਜ਼ੀ ਰੁਕਨ ਦੀਨ ਜੀ ਉਸ ਫਕੀਰ ਸਾਹਮਣੇ ਹੱਥ ਜੋੜ ਕੇ ਖੜੇ ਨੇ ਤੇ ਸਾਰੇ ਹਾਜ਼ੀਆਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਬੁਲਾ ਰਹੇ ਨੇ। ਗੁਰੂ ਸਾਹਿਬ ਇੱਥੇ ਹੀ ਰਹੇ ਜੀ? ਇੱਥੇ ਹੀ, ਮੈਂ ਦੇਖਦੀ ਰਹੀ।
ਗਈਆਂ ਉਹਨਾਂ ਨੂੰ ਇਹਨਾਂ ਅੱਖਾਂ ਨਾਲ ਸਾਰੀ ਉਮਰ ਗੁਰੂ ਸਾਹਿਬ ਦੁਨੀਆਂ ਨੂੰ ਗਾਉਂਦੇ ਰਹੇ ਦੇਸ਼ਾਂ ਤੇ ਧਰਮਾਂ ਦੀਆਂ ਹੱਦਾਂ ਟੱਪ ਜਾਂਦੇ ਰਹੇ ਪਹਿਲਾਂ ਆਪਣੇ ਲੋਕਾਂ ਨੂੰ ਆਪਣੇ ਫਲਸਫੇ ਦਾ ਵਿਸਤਾਰ ਸਮਝਾਇਆ ਤੇ ਫਿਰ ਕਰਤਾਰਪੁਰ ਆ ਕੇ ਉਸ ਦਰਸ਼ਨ ਦਾ ਸਾਰ ਸਮਝਾਇਆ ਮੁਸਲਮਾਨ ਗੁਰੂ ਸਾਹਿਬ ਨੂੰ ਪੀਰ ਤਿਬਤੀ ਨਾਨਕ ਲਾਮਾ ਸਿੱਖ ਗੁਰੂ ਜੀ ਅਤੇ ਬਾਕੀ ਬਾਬਾ ਜੀ ਕਹਿ ਕੇ ਪੁਕਾਰਦੇ ਹਨ ਗੁਰੂ ਸਾਹਿਬ ਨੂੰ ਖੁਦ ਹਰ ਬੋਲਦਿਆਂ ਖੇਤਾਂ ਨੂੰ ਪਾਣੀ ਲਾਉਂਦਿਆਂ ਮੈਂ ਪਾਣੀ ਢੋਂਦਿਆਂ ਸਫਾਈ ਕਰਦਿਆਂ ਲੰਗਰ ਵਰਤਾਉਂਦਿਆਂ ਇੱਥੇ ਅਮੀਰਾਂ ਦੇ ਗਰੀਬਾਂ ਨਾਲ ਬਰਾਬਰੀ ਦਾ ਵਿਹਾਰ ਕਰਦੇ ਦੇਖਿਆ ਇੱਥੇ ਨਾ ਕੋਈ ਹਿੰਦੂ ਏ ਨਾ ਕੋਈ ਮੁਸਲਮਾਨ ਹੋਰ ਕੀ ਹੁੰਦਾ ਰਿਹਾ ਇੱਥੇ ਕੀਰਤਨ ਹੁੰਦਾ ਲੋਕ ਕਿਰਤ ਕਰਦੇ ਨੇ ਨਾਮ ਜਪਦੇ ਨੇ ਤੇ ਫਿਰ ਵੰਡ ਕੇ ਚੱਕਦੇ ਨੇ ਬਾਬਾ ਨਾਨਕ ਹੋਰ ਤਾਂ ਹੋਰ ਉਹਨਾਂ ਆਪਣੀ ਲਿਖੀ ਬਾਣੀ ਦੀ ਪੋਥੀ ਵੀ ਬਣਵਾ ਦਿੱਤੀ ਤੇ ਪਤਾ ਸੌਂਪੀ ਕਿਸਨੂੰ ਭਾਈ ਲਹਿਣੀ ਨੂੰ ਭਾਈ ਲਹਿਣਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਬਖਸ਼ ਕੇ ਭਾਈ ਲਹਿਣਾ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਣਾ ਦਿੱਤਾ ਸੀ ਆਹੋ ਉਹੀਓ ਭਾਈ ਲਹਿਣਾ ਜੀ ਕਰਤਾਰਪੁਰ ਮੁਕਾਮ ਦੇ ਦੌਰਾਨ ਗੁਰੂ ਸਾਹਿਬ ਭਗਤੀ ਕਰਨ ਲਈ ਰਾਵੀ ਦੇ ਪੁਰਬ ਆਉਂਦੇ ਸਨ ਜਿਸ ਸਥਾਨ ਵਿੱਚ ਡੇਰਾ ਬਾਬਾ ਨਾਨਕ ਆਖਿਆ ਜਾਂਦਾ ਸੀ ਗ੍ਰਸਥਮਈ ਉਦਾਸੀ ਦੀ ਇਹ ਪਰੰਪਰਾ ਸਿੱਖ ਧਰਮ ਦੀ ਵਿਲੱਖਣ ਪਛਾਣ ਬਣ ਗਈ ਹੈ ਅੱਜ 550 ਸਾਲ ਬਾਅਦ ਵੀ ਗੁਰੂ ਸਾਹਿਬ ਦਾ ਪੈਗਾਮ ਓਨਾ ਹੀ ਸਾਰਥਕ ਹੈ ਅੱਜ ਵੀ ਸਾਡੀਆਂ ਸਾਰੀਆਂ ਮੁਸ਼ਕਲਾਂ ਦੁੱਖਾਂ ਤਕਲੀਫਾਂ ਦਾ ਹੱਲ ਗੁਰੂ ਸਾਹਿਬ ਦੀ ਬਾਣੀ ਵਿੱਚ ਪਿਆ ਹੈ ਆਓ ਇਸ ਮੁਬਾਰਕ ਮੌਕੇ ਤੇ ਗੁਰੂ ਸਾਹਿਬ ਦੇ ਦਰਸ਼ਾਏ ਮਾਰਗ ਤੇ ਚੱਲਣ ਦਾ ਪ੍ਰਣ ਲਈਏ ਅਤੇ ਗੁਰੂ ਸਾਹਿਬ ਕੋਲ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਧਰਤੀ ਧਨ ਹੋਈ ਧਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਪਾਤਸ਼ਾਹ ਜੀ ਹੱਥ ਬੰਨ ਦੇ ਮੱਥਾ ਟੇਕਦੇ ਤੁਸੀਂ ਨਾਲ ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ ਤੂੰ ਮਿਹਰ ਦਾ ਬਰਸੇ ਮੇਘ ਬਾਬਾ ਜਿਨ੍ਹਾਂ ਥਾਵਾਂ ਤੇ ਪਾਏ ਪੈ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਜਪ ਗੋਬਿੰਦ ਗੋਪਾਲ ਨਾਲ ਜਪ ਗੋਬਿੰਦ ਗੋਪਾਲ ਨਾਲ ਰਾਮ ਨਾਮ ਸਿਮਰ ਤੂੰ ਜੀ ਰਾਮ ਨਾਮ ਸਿਮਰ ਤੂੰ ਜੀ ਬਿਨ ਗੁਰ ਪੂਰੇ ਨਾਹੀ
Swami, 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 Sw